ਅੱਜ ਦਾ ਸਾਡਾ ਜੋ ਰੋਸ ਮੁਜ਼ਾਹਰਾ ਹੈ ਜੋ ਬੀਜੇਪੀ ਦੀ ਸਰਕਾਰ ਹੈ ਕੇਂਦਰ ਦੀ ਉਹਨਾਂ ਦਾ ਕੈਂਡੀਡੇਟ ਹੈ ਜੋ ਅੰਸਰ ਏਜੰਸ ਫਰੀਦਕੋਟ ਤੋਂ ਆਪਣੀ ਚੋਣ ਲੜ ਰਿਹਾ ਬੀਜੇਪੀ ਦੀ ਟਿਕਟ ਦੇ ਉੱਤੇ। ਅਸੀਂ ਇਹਦਾ ਸਖਤ ਵਿਰੋਧ ਕਰਦੇ ਹਾਂ, ਅਸੀਂ ਮੋਦੀ ਸਰਕਾਰ ਦਾ ਸਖਤ ਵਿਰੋਧ ਕਰਦੇ ਹਾਂ ਜੋ ਅਸੀਂ 13 ਮਹੀਨੇ ਦਿੱਲੀ ਦੇ ਵਿੱਚ ਬੈਠ ਕੇ ਸਾਡੀਆਂ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਮੰਗਾਂ ਮੰਨੀਆਂ ਹੋਈਆਂ ਮੰਗਾਂ ਕੇਂਦਰ ਸਰਕਾਰ ਨੇ ਲਾਗੂ ਨਹੀਂ ਕੀਤੀਆਂ। ਉੱਧਰ ਸਾਡੇ ਲਖੀਮਪੁਰ ਜਿਵੇਂ ਖੀਰੀ ਦੇ ਵਿੱਚ ਸਾਡੇ ਸ਼ਾਂਤਮਈ ਬੈਠੇ ਕਿਸਾਨਾਂ ਤੇ ਸਾਡੇ ਪੱਤਰਕਾਰਾਂ ਤੇ ਗੱਡੀ ਚੜਾ ਕੇ ਅਜੇ ਮਿਸਰ ਟੈਣੀ ਦੇ ਮੁੰਡੇ ਨੇ ਅਸੀਸ ਮਿਸਰ ਨੇ ਜਿਵੇਂ ਕਿਸਾਨਾਂ ਨੂੰ ਸਾਡਿਆਂ ਨੂੰ ਦਲੜਿਆ ਉਹਨੂੰ ਇਹਨਾਂ ਨੇ ਟਿਕਟ ਦਿੱਤੀ ਹੈ MP ਦੀ, ਅਸੀਂ ਉਹਦਾ ਸਖਤ ਵਿਰੋਧ ਕਰਦੇ ਹਾਂ। ਸਾਡਾ ਜੋ ਇੱਥੇ ਵੋਟਾਂ ਮੰਗਣ ਤਾਂ ਆਏ ਹੈ ਇਹਨਾਂ ਦਾ ਰਾਈਟ ਹੈ, ਜੇ ਮੰਗ ਸਕਦੇ ਆ ਵੋਟਾਂ, ਪਰ ਸਾਡਾ ਕਿਸਾਨਾਂ ਦਾ ਵੀ ਰਾਈਟ ਹੈ। ਅਸੀਂ ਸਾਡੀ ਬਣਾਈ ਹੋਈ ਸਰਕਾਰ ਨੂੰ ਦਿੱਲੀ ਅਸੀਂ ਗੱਲ ਸੁਣਾਉਣ ਵਾਸਤੇ ਆਪਣੀਆਂ ਮੰਗਾਂ ਮਨਾਉਣ ਵਾਸਤੇ ਚੱਲੇ ਸੀ, ਇਹਨਾਂ ਨੇ ਰਸਤੇ ਦੇ ਵਿੱਚ ਕਿੱਲ ਕੱਢੇ ਹੈ, ਇਹਨਾਂ ਨੇ ਰਸਤੇ ਦੇ ਵਿੱਚ ਕੰਧਾਂ ਕੱਢੀਆਂ, ਇਹਨਾਂ ਨੇ ਸਾਡਾ ਨੌਜਵਾਨ ਪਿੰਡ ਬੱਲੋ ਦਾ ਬਠਿੰਡੇ ਜ਼ਿਲ੍ਹੇ ਦਾ ਸੰਬੰਧਿਤ ਸਾਡਾ ਨੌਜਵਾਨ 23 ਸਾਲਾ ਸ਼ਹੀਦ ਕੀਤਾ ਹੈ, ਇਹਨਾਂ ਨੇ ਸਾਡੇ ਕਿਸਾਨਾਂ ਦੇ ਅਥਰੂ ਗੈਸ ਦੇ ਗੋਲੇ ਛੱਡੇ ਹੈ, ਸਾਡੀਆਂ ਮਸ਼ੀਨਰੀਆਂ ਸਾਡੇ ਪੰਜਾਬ ਦੀ ਧਰਤੀ ਦੇ ਅੱਗੇ ਭੰਨੀਆਂ, ਅਸੀਂ ਇਹਨਾਂ ਦਾ ਸਖਤ ਵਿਰੋਧ ਕਰਾਂਗੇ। ਭਾਈ ਇੱਕ ਪਾਸੇ ਅਸੀਂ ਲੋਕਤੰਤਰ ਦੀ ਗੱਲ ਕਰਦੇ ਹਾਂ ਵੀ ਲੋਕਤੰਤਰ ਦਾ ਘਾਣ ਕਰਨਗੇ, ਲੋਕਤੰਤਰ ਖਤਮ ਕਰ ਦੇਣਗੇ, ਤੁਸੀਂ ਧਰਨੇ ਮੁਜ਼ਾਹਰੇ ਕਰਕੇ ਕਿਸੇ ਨੂੰ ਵੋਟਾਂ ਮੰਗਣ ਤੋਂ ਰੋਕ ਰਹੇ ਕਿ ਇਹ ਲੋਕਤੰਤਰ? ਅਸੀਂ ਜੀ ਰੋਕ ਨਹੀਂ ਰਹੇ, ਅਸੀਂ ਆਪਣੀਆਂ ਮੰਗਾਂ ਅਸੀਂ ਆਪਣੀਆਂ ਗੱਲਾਂ ਪੁੱਛ ਰਹੇ ਹਾਂ ਇਹਨਾਂ ਤੋਂ ਜਿਹੜੀਆਂ ਸਾਡੀਆਂ ਮੰਨੀਆਂ ਹੋਈਆਂ ਮੰਗਾਂ ਲਾਗੂ ਨਹੀਂ ਕੀਤੀਆਂ। ਇਹ ਲੋਕਤੰਤਰ ਹੈ ਜਿਹੜਾ ਸੜਕਾਂ ਦੇ ਵਿੱਚ ਕਿੱਲ ਗੱਡੇ ਜਾਣੇ, ਜਿਹੜੀਆਂ ਸੜਕਾਂ ਦੇ ਵਿੱਚ ਕੰਧਾਂ ਕੱਟੀਆਂ ਜਾਣੀਆਂ, ਇਹ ਕਿਹੜਾ ਲੋਕਤੰਤਰ ਆ ਗਿਆ? ਇਹਨਾਂ ਨੂੰ ਵੋਟਾਂ ਕਹਿਣ ਦਾ ਹੱਕ ਹੈ ਅਤੇ ਸਾਨੂੰ ਸਾਡਾ ਦਿੱਲੀ ਜਾਣ ਦਾ ਸਾਡੀ ਸਰਕਾਰ ਨੂੰ ਗੱਲ ਸੁਣਾਉਣ ਦਾ ਕੋਈ ਹੱਕ ਨਹੀਂ ਗਾ? ਇਹ ਕਿਹੜਾ ਲੋਕਤੰਤਰ ਹੈ? ਇਹਨਾਂ ਦਾ ਲੋਕਤੰਤਰ ਇਹ ਹੈ ਵੀ ਡੰਡੇ ਨਾਲ ਰਾਜ ਕਰਾਂਗੇ। ਇੱਥੇ ਪੁਲਿਸਾਂ ਸਾਡੇ ਮੂਹਰੇ ਦੇਖਿਆ ਤੁਸੀਂ, ਜਿਹੜਾ ਇੱਥੋਂ ਦਾ ਭਗਵੰਤ ਮਾਨ ਹੈ, ਜਿਹੜਾ ਕਹਿੰਦਾ ਮੈਂ ਗਰੀਬ ਘਰ ਦਾ ਬੱਚਾ, ਮੈਂ ਮਾਸਟਰ ਦਾ ਮੁੰਡਾ ਹੈ, ਉਹ ਅੱਜ ਮੋਦੀ ਦੀ ਪਿੱਠ ਤੇ ਖੜਾ ਹੈ, ਜਿੰਨਾ ਅੱਜ ਤੰਤਰ ਸਾਡੇ ਮੂਹਰੇ ਲਾਇਆ, ਸਾਡੀ ਆਵਾਜ਼ ਨੂੰ ਦੱਬਿਆ ਜਾ ਰਿਹਾ ਹੈ, ਇਹ ਲੋਕਤੰਤਰ ਦਾ ਕਹਾਣ ਹੈ ਇਹ। 2 ਤਰੀਕ ਤੋਂ ਕਹਿੰਦੇ ਹੰਸ ਰਾਜ, 2 ਤਰੀਕ ਤੋਂ ਬਾਅਦ ਖੱਬੀ ਖਾਨ ਜਿਹੜੇ ਰੌਲਾ ਪਾਉਂਦੇ ਇਹਨਾਂ ਨੂੰ ਵੇਖ ਲਾਂਗੇ, ਕੀ ਕਹੋਗੇ ਇਹਦੇ ਬਾਰੇ? ਇਹ ਜਿਹਦੀ ਸਹਿ ਦੇ ਉੱਤੇ ਉੱਠਦਾ ਇਹ ਉਸੇ ਮੋਦੀ ਦੀ ਗੋਡੀ ਲਵਾ ਕੇ ਆਏ ਅਸੀਂ 13 ਮਹੀਨੇ ਬੈਠ ਕੇ ਦਿੱਲੀ ਦੇ ਵਿੱਚ। ਇਹ ਕੋਈ ਗੱਲ ਨਹੀਂ, ਅਸੀਂ ਇੱਥੇ ਹੀ ਹਾਂ, ਹੰਸਰਾਜ ਨੇ ਵਾਪਸ ਇੱਥੇ ਦਿੱਲੀ 2 ਤਰੀਕ ਤੋਂ ਬਾਅਦ ਨਹੀਂ ਆਉਣਾ, ਪਰ ਜਿਹੜੇ ਕਿਸਾਨ ਹੈ ਇਹ ਇੱਥੋਂ ਦੇ ਹੈ, ਇਹ ਨਾਂ ਸਾਡੇ ਨੋਟ ਕਰ ਲਏ, ਸਾਡੇ ਨੰਬਰ ਨੋਟ ਕਰ ਲਏ, ਅਸੀਂ ਇੱਥੇ ਹਾਂ, ਦੇਖ ਲਾਂਗੇ ਕੀ ਬਣਦਾ। ਕੋਈ ਗੱਲ ਨਹੀਂ, ਲੋਕ ਲੜਨ ਨੂੰ ਤਿਆਰ ਹੈ, ਲੋਕਾਂ ਦੇ ਪ੍ਰਤੀ
ਇੰਨਾ ਇਹ ਬੀਜੇਪੀ ਦੇ ਪ੍ਰਤੀ ਲੋਕਾਂ ਦੇ ਮਨ ਦੇ ਵਿੱਚ ਗੁੱਸਾ ਹੈ, ਇਹ ਇਕੱਲੇ ਇਕੱਲੇ ਦੇ ਮਨ 'ਚੋਂ ਕੱਢ ਨਹੀਂ ਸਕਦੇ। ਇਹ ਪੰਜਾਬ ਦੀ ਧਰਤੀ ਹੈ, ਇਹ ਭੁੱਲਣ ਵਾਲੀ ਕੌਮ ਨਹੀਂ, ਇਹ ਸਾਡੇ ਪਿਛੋਕੜ ਜਾਣਦੇ ਆ ਪੰਜਾਬ ਦੀ ਧਰਤੀ ਨੂੰ। ਕਹਿੰਦੇ 2 ਤਰੀਕ ਨੂੰ ਸਾਰਿਆਂ ਦਾ ਨੰਬਰ ਲੱਗ ਜੂਗਾ, ਫਿਰ ਕੀ ਨੰਬਰ? ਕੋਈ ਗੱਲ ਨਹੀਂ, ਨੰਬਰ ਲੱਗਣ ਨੂੰ ਅਸੀਂ ਸਿਰਾਂ ਦੇ ਉੱਤੇ ਕੱਫਣ ਬੰਨ ਕੇ ਤੁਰਦੇ ਹਾਂ। ਅਸੀਂ ਘਰਦਿਆਂ ਨੂੰ ਦੱਸ ਕੇ ਆਉਣੇ ਹੁੰਦੇ ਹਾਂ ਵੀ ਸਾਡਾ ਉਹਨਾਂ 'ਚ ਕਰਾਟੇ 'ਚ ਪਾਣੀ ਨਾ ਪਾਇਓ ਜਿੰਨਾ ਚਿਕਰ ਅਸੀਂ ਘਰੇ ਵਾਪਸ ਨਹੀਂ ਆਉਂਦੇ। ਕੋਈ ਗੱਲ ਨਹੀਂ, ਚੈਲੰਜ ਜਿਹੜਾ ਸਾਨੂੰ ਕਬੂਲ ਆ, ਜਿੱਥੇ ਮਰਜ਼ੀ ਦੇਖ ਲਏ, ਜਿੱਥੇ ਮਰਜ਼ੀ ਸਾਨੂੰ ਇਹ ਕਹਿੰਦੇ ਨਾ, ਜਿਵੇਂ ਉੱਧਰ ਰਵਨੀਤ ਬਿੱਟੂ ਬੋਲਿਆ, ਕਹਿੰਦਾ ਮੈਨੂੰ ਬਣ ਜਾਂ ਤਾਂ ਮੈਂ ਡਿਬੜੂਗਲ ਦੀਆਂ ਜੇਲ੍ਹਾਂ 'ਚ ਸਿੱਟੂੰਗਾ ਇਹਨਾਂ ਨੂੰ। ਉਹ ਕੋਈ ਗੱਲ ਨਹੀਂ, ਅਸੀਂ ਕੋਈ ਕਹਿਰ ਹੈ, ਅਸੀਂ ਤੇਰੀਆਂ ਗਿੱਦੜ ਧਮਕੇ ਤੋਂ ਡਰਨ ਵਾਲੇ ਯਾਰ, ਜਿਹੜੀਆਂ ਮਰਜ਼ੀ ਜੇਲ੍ਹਾਂ 'ਚ ਸਿੱਟਦੀ। ਅਸੀਂ ਅੱਗੇ 750 ਸ਼ਹੀਦ ਕਰਵਾ ਕੇ ਆਏ ਹਾਂ। ਕੋਈ ਗੱਲ ਨਹੀਂ, ਜਿਵੇਂ ਇਹਨਾਂ ਦੀ ਵਾਹ ਲੱਗਦੀ ਹੈ ਲਾ ਲੈਣ, ਪਰ ਅਸੀਂ ਮੋਦੀ ਸਰਕਾਰ ਦਾ ਸਦਾ ਵਿਰੋਧ ਕਰਦੇ ਰਹਾਂਗੇ।